ਇੱਥੇ ਬੈਗ ਰੱਖ ਦਿੱਤਾ, ਹਾਂ ਅਜੇ ਥੋੜ੍ਹਾ ਲਗਜ ਹੋਰ ਪਿਆ। ਆ ਜਾਓ ਲੇਟ ਹੋ ਗਏ ਆਪਾਂ, ਕਰ ਦਿਓ ਦਰਵਾਜ਼ਾ ਬੰਦ, ਚੱਲੀਏ। ਅਜੂ ਨਹੀਂ ਚੱਲੀਏ? ਚਲੋ ਚੱਲੀਏ ਜੀ ਹੁਣ। ਵਾਹਿਗੁਰੂ ਸੱਚਿਆ ਪਾਤਸ਼ਾਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਸਾਰਿਆਂ ਨੇ, ਠੀਕ ਜੇ? ਤੇ ਅੱਜ ਅਸੀਂ ਚੱਲੇ ਆ, ਅਮਾ ਕਿੱਥੇ ਚੱਲੇ ਅੱਜ ਆਪਾਂ? ਅਨੰਦਪੁਰ ਸਾਹਿਬ। ਹਾਂ ਤੇ ਵੰਛੜਾਂ ਨੂੰ ਲੈਣ ਚੱਲੇ, ਉਹਨਾਂ ਨੂੰ ਨਾਲ ਖੜਨਾ। ਅਸੀਂ ਚੱਲੇ ਅੱਜ ਅਨੰਦਪੁਰ ਸਾਹਿਬ, ਤੇ ਆਓ ਤੁਹਾਨੂੰ ਵੀ ਨਾਲ ਲੈ ਕੇ ਜਾਂਦੇ ਆ, ਵੰਛਣ ਨੂੰ ਲੈਣ ਚੱਲੇ। ਬਸ ਵੰਛ ਨੇ, ਦੋਵਾਂ ਭਰਾ ਨੇ ਜਾਣਾ ਆ ਤੇ ਨਾਲ ਸਿਸਟਰ ਨੇ ਜਾਣਾ ਆ। ਆਓ ਵੰਛਣ ਨੂੰ ਲਈਏ ਪਹਿਲਾਂ। ਹਾਂਜੀ ਵੰਛਣ ਨੂੰ ਲੈ ਜੀ। ਜਾਮ ਬਹੁਤ ਲੱਗਾ, ਸਮਾਨ ਪੂਰਾ ਰੱਖਤਾ ਆ, ਵੰਛਣਾਂ ਦੇ ਕੱਪੜੇ ਵੀ ਰੱਖ ਲਿਆ। ਤੇ ਆ ਸਾਡੀ ਭੈਣ ਆ, ਇਹ ਨਾਲ ਜਾਊਗੀ ਸਾਡੇ। ਉਹ ਸਾਰੇ ਜਾਣੇ ਵੰਸ਼ ਕਿੱਥੇ ਆ? ਸਾਡਾ ਸਾਹਮਣੇ ਸਾਰੇ ਆ ਗਏ, ਮੰਮੀ ਭੈਣ ਦੋਵੇਂ ਜਵਾਕ ਜੂਨੀ। ਤੇ ਹੁਣ ਅਸੀਂ ਚੱਲ ਪਏ ਆ ਅਨੰਦਪੁਰ ਸਾਹਿਬ ਨੂੰ, ਚਾਲੇ ਪਾ ਲਏ ਆ, ਹੁਣ ਰਸਤੇ ਜਾ ਕੇ ਮਿਲਦੇ ਆ, ਰਸਤਾ ਕੱਟ ਲਈ ਹੋਣੀ ਚੰਗੀ ਤਰ੍ਹਾਂ ਤੈਅ ਕਰ ਲਈਏ। ਚੱਲੀ ਹੁਣ ਮਾਂ। ਹਾਂਜੀ ਬੇਟਾ। ਕਿੱਥੇ ਪਹੁੰਚ ਗਏ ਆਪਾਂ? ਹੁਣ ਆਪਾਂ ਗੜ੍ਹ ਸਿੰਘ ਲੰਘੇ ਆ ਬੇਟਾ। ਅੱਛਾ, ਪਹਿਲਾਂ ਬੰਗਾ ਲੰਘੇ, ਹੁਣ ਗੜ੍ਹ ਸਿੰਘ ਲੰਘੇ। ਤੇ ਕੌਣ ਕੌਣ ਥੱਕ ਗਿਆ ਵਾ? ਅਜੇ ਤਾਂ ਕੋਈ ਨਹੀਂ ਥੱਕਿਆ, ਗੁਰੂ ਜੀ ਦੀ ਕਿਰਪਾ ਵਾ, ਸਾਰੇ ਵਧੀਆ ਬੈਠੇ ਆ। ਸਹੀ ਗੱਲ ਆ, ਵਧੀਆ ਵੈਦਰ, ਵਧੀਆ ਨਾ ਇੱਧਰ? ਚਿਰਾਂ ਬਾਅਦ ਗਏ ਆ ਤਾਂ ਹੀ ਨਹੀਂ ਆਪਾਂ ਨੂੰ ਪਤਾ ਲੱਗਦਾ। ਵੰਸ਼ ਕਿੱਦਾਂ, ਵੰਸ਼ ਥੱਕ ਤੇ ਨਹੀਂ ਗਿਆ? ਵੰਸ਼ ਦੱਸੋ ਪੁੱਤ, ਥੱਕੇ ਤੇ ਨਹੀਂ? ਕੌਣ ਕੌਣ ਤੁਸੀਂ ਦੱਸੋ? ਹੋਰ ਭੈਣ ਜੀ ਤੁਸੀਂ? ਨਹੀਂ ਮੈਂ ਵੀ ਥੱਕੀ। ਮਾਂ ਜੀ ਤੁਸੀਂ? ਨਹੀਂ ਮੈਂ ਵੀ ਤੇ, ਪਰ ਦੂਜਾ ਕਿ ਅਕਸ਼ ਕਹਿੰਦਾ ਭੁੱਖ ਲੱਗੀ ਜੋ, ਹੁਣ ਇਹਨੂੰ ਕੁਝ ਖਵਾੜੋ ਪਹਿਲਾਂ। ਚਲੋ ਆਪਾਂ, ਜੁਨੀ ਤੂੰ ਤਾਂ ਨਹੀਂ ਥੱਕਿਆ? ਜੁਨੀ ਲਿਆਉਣੇ ਸਾਹਮਣੇ ਕੈਮਰੇ। ਜਾਣੀਆਂ ਬਾਂਦਰ ਆਉਣੇ ਬਹੁਤ ਜ਼ਿਆਦੇ। ਮੈਂ ਤਾਂ ਬਹੁਤ ਥੱਕ ਗਿਆ। ਨਹੀਂ ਅਸੀਂ ਨਹੀਂ ਥੱਕੇ, ਮੈਂ ਤਾਂ ਗੱਡੀ ਚਲਾਉਣੀ ਆ ਨਾ। ਪਤਾ ਬਹੁਤ ਟਾਈਮ ਬਾਅਦ ਇੱਧਰ ਗਏ ਆ, 4 ਸਾਲ ਹੋ ਗਏ। ਹਾਂ ਪਤਾ ਨੀ ਧਿਆਨ ਜਿਹਾ ਨੀ ਕੀਤਾ, ਉੱਥੇ ਆਪਣਾ ਫਤਿਹਗੜ੍ਹ ਸਾਹਿਬ ਚੱਲ ਜਾਂਦੇ ਰਹੇ ਆ। ਫਤਿਹਗੜ੍ਹ ਸਾਹਿਬ ਚੱਲ ਜਾਂਦੇ ਰਹੇ ਆ ਤੇ ਇੱਥੇ ਜਾਂ ਤਾਂ ਬੰਦੇ ਨੂੰ ਲੋਕੇਸ਼ਨ ਦਾ ਪਤਾ ਹੋਵੇ ਨਾ ਪੱਕਾ, ਤੇ ਫੇਰ ਥੱਕਦਾ ਨੀ ਉਹ ਬੰਦਾ, ਦਿਮਾਗੀ ਥੱਕ ਜਾਂਦਾ। ਆਪਾਂ ਚਿਰ ਹੋ ਗਿਆ ਨਾ ਜਾਗੇ ਤੇ, ਸਗੋਂ ਆਪਾਂ ਹਫ਼ਤੇ ਬਾਅਦ ਵੀ ਚੱਲ ਜਾਂਦੇ ਹੁੰਦੇ ਹਾਂ। ਜੂਨੀ ਪਹਿਲੀ ਵਾਰ ਚੱਲਿਆ, ਅਕਸ਼ ਵੀ ਪਹਿਲੀ ਵਾਰ ਚੱਲਿਆ। ਵਧੀਆ, ਗੁਰੂ ਮਹਾਰਾਜ ਦੇ ਦਰਸ਼ਨ ਕਰ ਆਈਏ, ਫੇਰ ਦੇਖੋ ਕਦੋਂ ਰੱਬ ਕਹਿੰਦਾ ਵੀ ਚਲੋ ਆ ਜਾਓ ਮਿਲਣ, ਉਹ ਤੋਂ ਬਾਅਦ ਫੇਰ 4 ਸਾਲ 5 ਸਾਲ ਬੰਨੇ ਸਾਡੇ। ਹਾਂ ਖੜਾਂਗੇ ਮਾਂ, ਬਹੁਤ ਸਵਾਦ ਬਣਦੇ ਪਹਾੜੀ ਕਰੇਲੇ, ਹਰਿਆਲੀ ਜ਼ਿਆਦੀ ਵਧੀਆ ਲੱਗੀ ਆ ਬੜਾ ਇੱਧਰ ਹੀ ਨਾ। ਹਾਂ ਹਰਿਆਲੀ, ਉਹਦਾ ਕੈਨੇਡਾ ਬਹੁਤ ਆ। ਹੂੰ ਉਹ ਹਰਿਆਲੀ ਦਾ ਘਰ ਆ ਤੇ ਸਮੁੰਦਰ ਹੈ ਹਰਿਆਲੀ।
ਆਹ ਵੇਖੋ ਵਾਹ ਸਲੋ ਸਲੋ ਕਰ ਲੋ ਸਲੋ ਕਰ ਲੋ ਸਲੋ ਕਰ ਲੋ ਸਲੋ ਕਰ ਲੋ ਭੱਜ ਕੇ ਬੱਚਾ ਥੱਲੇ ਨਾ ਆ ਜਾਏ ਕੋਈ ਹੈਗੇ ਬਿਸਕਿਟ ਪਿੱਛੇ ਡਿੱਗੀ ਚ ਆ ਹਾਂ ਹੁਣ ਉਤਰੇ ਹੋਣਾ ਨਾ ਡਿੱਗੀ ਚੋਂ ਤਾੜ ਕਹਿੰਦੀ ਲੱਤ ਰੁਕਿਆ ਵਿਚਾਰੀ ਨਾ ਅਮਨ ਅੱਗੇ ਵੇਖ ਵਧੀਆ ਲਾਈਫ ਇਹਨਾਂ ਦੀ ਮੈਂ ਕਹਿੰਦੀ ਅਜੂਨੀ ਆ ਖਾ ਫੜ ਜ਼ਿਆਦਾ ਹੈ ਵੀ ਨਾ ਕਰਿਓ ਚੰਗਾ ਜੇ ਆਪਾਂ ਜਾਣਾ ਆ ਦੂਰ ਮੰਜ ਖਾ ਲਾ ਚਾਹ ਲੈਂਦੀ ਆ ਤੇ ਦੂਜਾ ਬੇਸਨ ਲੈ ਅਮੋ ਜ਼ਿਆਦਾ ਹੈ ਵੀ ਨਾ ਕਰਾਈ ਚੰਗਾ ਚਾਹ ਪੀ ਕੇ ਆਨੰਦ ਆ ਗਿਆ ਵੀ ਅੱਖਾਂ ਖੁੱਲ ਗਈਆਂ ਹੁਣ ਇੱਥੋਂ ਰਹਿ ਗਿਆ 18 ਕਿਲੋਮੀਟਰ ਇਹ ਟਰੈਵਲਿੰਗ ਦੇ ਵਿੱਚ ਬੰਦਾ ਹੈਵੀ ਨਾ ਖਾਵੇ ਹਾਂ ਬੋਲੇ ਸੋ ਨਿਹਾ ਸੋ ਸ੍ਰੀ ਅਕਾਲ ਵਾਹਿਗੁਰੂ ਬਹੁਤ ਟਾਈਮ ਬਾਅਦ ਦਰਸ਼ਨ ਕੀਤੇ ਗੁਰੂ ਮਹਾਰਾਜ ਦੇ ਹਾਂ ਅਮਾ ਹਾਂਜੀ ਬੇਟੇ ਬਹੁਤ ਖੁਸ਼ੀ ਹੈ ਅੱਜ ਗੁਰੂ ਮਹਾਰਾਜ ਦੀ ਨਗਰੀ ਤੇ ਆ ਕੇ ਬਹੁਤ ਟਾਈਮ ਬਾਅਦ ਆਇਆ ਮੈਂ ਇਹ ਸਾਡਾ ਰੂਮ ਆ ਸਾਨੂੰ ਰੂਮ ਮਿਲ ਗਿਆ ਏਸੀ ਵਾਲਾ ਰੂਮ ਮਿਲ ਗਿਆ ਇਹ ਸਾਡਾ ਬੈੱਡ ਆ ਇਹ ਸਾਡਾ ਖਿਲਾਰਾ ਪਿਆ ਬਹੁਤ ਜ਼ਿਆਦਾ ਵੰਸ਼ ਅਕਸ਼ ਅਜੂਨੀ ਤੇ ਬਿਲਕੁਲ ਆਹ ਗੁਰੂ ਮਹਾਰਾਜ ਦੀ ਨਗਰੀ ਜਾਂਦੇ ਹਾਂ ਦਰਸ਼ਨ ਕਰਾਉਂਦੇ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਨੈਣਾ ਦੇਵੀ ਆ ਵਾਹਿਗੁਰੂ ਸੱਚਿਆ ਪਾਤਸ਼ਾਹ।